ಪಾರ್ಸಿಂಗ್ ದರ್ಶನ ಭೀ ಪಾರ್ಸಿಂಗ್ ಬರ್ತೀವಿ ಒಂದು ಬಣ್ಣ ಸಾರಾ ಗಡ್ಡೆ ಪಿੰಡ ಪೂರಾ ਸਜਾਇਆ ਜਾਂਦਾ ਸਫਾਈ ਕੀਤੀ ਜਾਂਦੀ ਹੈ ਵਧੀਆ ਅਕੈਡਮੀ ਦੀ ਛੋਟੀ ਮਿੰਨੀ ਪਾਰਟੀ ਹੈ ਜਿਹੜੀ ਇਹ ਗੁਰਦੁਆਰਾ ਸਾਹਿਬ ਤੋਂ ਲਾ ਕੇ ਜਿਹੜੇ ਸੇਵਾ ਕਰਦੇ ਆ। ਅੱਜ ਅਸੀਂ ਪਹੁੰਚੇ ਹਾਂ ਪਿੰਡ ਟੱਲੇਵਾਲ ਜਿੱਥੇ ਕਿ ਪਿੰਡ ਟੱਲੇਵਾਲ ਦੀ ਹਰ ਗਲੀ ਹਰ ਮੋੜ ਦੇਖਿਆ ਕਿ ਝੰਡੀਆਂ ਦੇ ਨਾਲ ਸਜਾਇਆ ਗਿਆ ਪਿੰਡ ਨੂੰ ਔਰ ਪੁੱਛਦੇ ਹਾਂ ਇਹਨਾਂ ਨੌਜਵਾਨਾਂ ਨੂੰ ਝੰਡੀਆਂ ਲਾਈਆਂ ਜਾ ਰਹੀਆਂ ਸੀਗੀਆਂ ਔਰ ਇਹਨਾਂ ਨੂੰ ਪੁੱਛਦੇ ਵੀ ਜਿਹੜੇ ਝੰਡੀਆਂ ਨੇ ਜਸ ਖੁਸ਼ੀ ਵਿੱਚ ਸੰਤ ਬਾਬਾ ਸੁੰਦਰ ਸਿੰਘ ਜੀ ਜੋ ਕ੍ਰਾਂਤੀ ਸਾਧੂ ਸੀ ਉਹਨਾਂ ਨੇ ਟੱਲਿਆ ਲਾ ਕੇ ਠਹਿਰਾਓ ਉਹਨਾਂ ਨੇ ਬਰਸੀ ਵਰਸੀ ਅਸੀਂ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾ ਰਹੇ ਹਾਂ। ਇਹ ਬਰਸੀ ਸੰਤ ਬਾਬਾ ਕਰਨੈਲ ਸਿੰਘ ਜੀ ਦੀ ਹਰ ਸਾਲ ਹੀ ਮਨਾਈ ਜਾਂਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੰਤ ਬਾਬਾ ਸੁੰਦਰ ਸਿੰਘ ਦੀ ਸੰਤ ਬਾਬਾ ਸੁੰਦਰ ਸਿੰਘ ਕੈਨੇਡੀਅਨ ਦੀ ਸਾਲਾਨਾ ਵਰਸੀ ਮਨਾਈ ਜਾਂਦੀ ਹੈ। ਸਮੂਹ ਪਿੰਡ ਟੱਲੇਵਾਲ ਦੇ ਨਗਰ ਨਿਵਾਸੀਆਂ ਵੱਲੋਂ ਇੱਕ ਹਫ਼ਤਾ ਪਹਿਲਾਂ ਹੀ ਪੂਰੇ ਪਿੰਡ ਦੀ ਸਫਾਈ ਕੀਤੀ ਜਾਂਦੀ ਹੈ। ਝੰਡੀਆਂ ਦੇ ਨਾਲ ਹਰ ਕੋਨਾ ਹਰ ਗਲੀ ਹਰ ਮੋੜ ਨੂੰ ਸਜਾਇਆ ਜਾਂਦਾ ਹੈ। ਇਹ ਮੇਲਾ ਸਾਲਾਨਾ ਵਰਸੀ 3 ਦਿਨ ਸੰਤਾਂ ਦੀ ਵਰਸੀ ਨੂੰ ਮਨਾਇਆ ਜਾਂਦਾ ਹੈਗਾ ਜਿਵੇਂ 16 ਫੱਗਣ 17 18 28 29 1 ਤਰੀਕ 3 ਦਿਨ ਕਥਾਵਾਚਕ ਆਉਂਦੇ ਨੇ ਢਾਡੀ ਜਥੇ ਆਉਂਦੇ ਨੇ ਦੂਰ ਦਰੇਡੇ ਤੋਂ ਔਰ ਸੰਗਤਾਂ ਨੂੰ ਆਪਣੇ ਨਿਹਾਲ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਪੂਰੇ ਪਿੰਡ ਟੱਲੇਵਾਲ ਵਾਸੀਆਂ ਬੰਨਿਓ 3 ਦਿਨ ਬੜੀ ਸ਼ਰਧਾ ਮਰਯਾਦਾ ਦੇ ਨਾਲ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕੀਤੀ ਜਾਂਦੀ ਹੈ ਅਤੇ ਕਥਾਵਾਚਕਾਂ ਨੂੰ ਸੁਣ ਕੇ ਆਪਣਾ ਜੀਵਨ ਨਿਹਾਲ ਕਰਦੇ ਨੇ। ਸੰਤ ਬਾਬਾ ਸੁੰਦਰ ਸਿੰਘ ਜੀ ਦੀ ਸਾਲਾਨਾ ਵਰਸੀ ਨੂੰ ਹਰ ਸਾਲ ਮਨਾਇਆ ਜਾਂਦਾ। ਸੰਤ ਬਾਬਾ ਕਰਨੈਲ ਸਿੰਘ ਜੀ ਦੀ ਅਗਵਾਈ ਹੇਠ ਇਹ ਸਾਰਾ ਪ੍ਰਬੰਧ ਕੀਤਾ ਜਾਂਦਾ ਜੀ ਔਰ ਸੰਤ ਬਾਬਾ ਕਰਨੈਲ ਸਿੰਘ ਜੀ ਦੀ ਬਹੁਤ ਵੱਡੀ ਟੱਲੇਵਾਲ ਪਿੰਡ ਨੂੰ ਦੇਣ ਆ ਜੀ ਜਿਵੇਂ ਅਕਾਲ ਅਕੈਡਮੀ ਟੱਲੇਵਾਲ ਦੀ ਜਿੱਥੇ ਦੂਰ ਦਰੇਡੇ ਤੋਂ ਆ ਕੇ ਕੁੜੀਆਂ ਨੂੰ BED ਪੜ੍ਹਾਈ ਕੀਤੀ ਜਾਂਦੀ ਹੈ ਔਰ ਇਹ ਬਹੁਤ ਵੱਡੀ ਮਹਿਮਾ ਟੱਲੇਵਾਲ ਪਿੰਡ ਦੀ ਜਿਸ ਦੀ ਮਤਲਬ ਬਹੁਤ ਪਹਿਚਾਣ ਅਕਾਲ ਅਕੈਡਮੀ ਦੇ ਨਾਂ ਨਾਲ ਜਾਣਿਆ ਜਾਂਦਾ ਹੈਗਾ ਜਿੱਥੋਂ ਬਹੁਤ ਦੂਰ ਦਰੇਡੇ ਤੋਂ ਆ ਕੇ ਬੱਚੇ ਇਸ ਕਾਲਜ ਵਿੱਚ ਪੜ੍ਹਾਈ ਕਰਕੇ ਆਈਲੈਟ ਕਰਕੇ ਗਏ ਨੇ। ਇੱਥੋਂ ਦੀ ਪੜ੍ਹਾਈ ਦਾ ਸਦਕਾ ਹੀ ਸਲੂਟ ਹੈ ਬਾਬਾ ਜੀ ਨੂੰ ਜਿਨ੍ਹਾਂ ਨੇ ਪਿੰਡ ਟੱਲੇਵਾਲ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਜੀ।